ਮੇਰੇ ਨਾਲ ਡਾਕਟਰ ਗੁਰਜੀਤ ਬਾਜਵਾ ਲਾਈਨ 'ਤੇ ਆ ਗਏ ਆ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈਏ ਔਰ ਮੇਰਾ ਵਿਸ਼ਵਾਸ ਹੈ ਕਿ ਬਹੁਤ ਹੀ ਅਹਿਮ ਗੱਲ ਹੋਏਗੀ। ਅਸੀਂ ਤੁਹਾਡੀ ਚਾਈਨੀ ਡਾਕਟਰ ਨਾਇਕ ਪਰ ਭਾਰਤੀ ਮੂਲ ਦੇ ਡਾਕਟਰ ਚੋਬੇ ਤੁਹਾਡੀ ਉਹਨਾਂ ਨਾਲ ਵੀ ਅਸੀਂ ਉਸ ਐਪੀਸੈਂਟਰ ਤੋਂ ਗੱਲ ਕਰਾਈ ਸੀ, ਕੱਲ੍ਹ ਤੁਹਾਡੀ ਇਟਲੀ ਤੋਂ ਵੀ ਗੱਲ ਕਰਵਾਈ ਸੀ। ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਉਸ ਥਾਂ ਤੋਂ ਤੁਹਾਨੂੰ ਵੱਧ ਇਨਫੋਰਮੇਸ਼ਨ ਲੈ ਕੇ ਦੇਣ ਦੀ ਕੋਸ਼ਿਸ਼ ਕਰੀਏ ਤਾਂ ਕਿ ਤੁਸੀਂ ਰਿਊਮਰ 'ਚ ਨਾ ਜਾਓ, ਤੁਹਾਡੇ ਕੋਲ ਅਥੈਂਟਿਕ ਸਹੀ ਇਨਫੋਰਮੇਸ਼ਨ ਪਹੁੰਚੇ। ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਇਹ ਵਰਲਡ ਹੈਲਥ ਆਰਗਨਾਈਜੇਸ਼ਨ ਦੀ ਖਬਰ ਹੈ ਕਿ ਜਿਹੜਾ ਪਹਿਲਾ ਦੌਰ ਸੀ ਇਸ ਪੈਂਡੈਮਿਕ ਦਾ, 1,00,000 ਬੰਦੇ ਜਿਹੜੇ ਪਹਿਲੇ ਅਫੈਕਟਡ ਹੋਏ ਸੀ ਉਸ ਨੂੰ ਲਗਭਗ 67 ਡੇਜ਼ ਲੱਗੇ ਸੀ। ਤੁਹਾਨੂੰ ਯਾਦ ਹੋਏਗਾ ਦਸੰਬਰ ਦੇ ਮਹੀਨੇ ਚਾਈਨਾ ਦੇ ਵੂਹਾਨ ਤੋਂ ਸ਼ੁਰੂਆਤ ਹੋਈ ਸੀ ਇਸ ਦੀ, ਔਰ ਇਸ ਨੂੰ ਟਾਈਮ ਲੱਗਾ ਸੀ ਫੈਲਦਣ। 1,00,000 ਜਿਹੜੇ ਲੋਕ ਹੈ ਉਹ 67 ਡੇਜ਼ 'ਚ ਇਫੈਕਟਡ ਹੋਏ ਸੀ, ਲੇਕਿਨ ਜਿਹੜੇ ਦੂਸਰੇ 1,00,000 ਲੋਕ ਨੇ ਉਹ ਫਿਰ ਹੋ ਗਏ 11 ਦਿਨਾਂ ਦੇ ਵਿੱਚ। ਔਰ ਤੁਸੀਂ ਹੈਰਾਨ ਹੋ ਜਾਓਗੇ ਹੁਣ ਸੁਣ ਕੇ ਕਿ ਜਿਹੜੇ ਥਰਡ ਜਿਹੜਾ ਬੈਚ ਹੈ 1,00,000 ਲੋਕਾਂ ਦਾ ਜਿਹੜੇ ਇਨਫੈਕਟਡ ਹੋਏ ਹੈ ਸਿਰਫ 4 ਦਿਨਾਂ ਦੇ ਵਿੱਚ। ਸੋ ਕਿੰਨੀ ਕੁ ਤੇਜ਼ੀ ਦੇ ਨਾਲ ਇਹ ਜਿਹੜਾ ਵਾਇਰਸ ਫੈਲ ਰਿਹਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। 3,41,000 ਲੋਕ ਬੀਤੀ ਰਾਤ ਤੱਕ ਸੀ, ਮੈਨੂੰ ਹੁਣ ਪਤਾ ਨਹੀਂ ਅਗਲੇ 12-14 ਘੰਟਿਆਂ 'ਚ ਕਿੰਨੇ ਕੁ ਲੋਕ ਵੱਧ ਚੁੱਕੇ ਆ ਇਹਦੇ ਵਿੱਚ। 15,000 ਤੋਂ ਵੱਧ ਮੌਤਾਂ ਹੋ ਗਈਆਂ ਚਾਈਨਾ ਦੇ ਵਿੱਚ ਸਾਰੀਆਂ, 3,00,000 ਮੌਤਾਂ ਹੋਈਆਂ। ਫਿਗਰ ਮੇਰੇ ਕੋਲ ਨਹੀਂ ਹੈ, ਉਹ ਵੀ ਤੁਹਾਨੂੰ ਦੱਸਾਂਗੇ, ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਲਗਭਗ 12,000 ਮੌਤਾਂ ਹੋਰ ਹੋ ਚੁੱਕੀਆਂ। ਕਿਉਂ ਇਹ ਤੇਜ਼ੀ ਦੇ ਨਾਲ ਇਸ ਤਰ੍ਹਾਂ ਫੈਲ ਰਿਹਾ ਔਰ ਕਿਉਂ ਇੰਨੀ ਤੇਜ਼ੀ ਨਾਲ ਮੌਤਾਂ ਦੀ ਗਿਣਤੀ ਵੱਧ ਰਹੀ ਹੈ? ਤੋ ਕੋਈ ਹੋਰ ਨਹੀਂ, ਮੇਰੇ ਨਾਲ ਖੁਦ ਡਾਕਟਰ ਗੁਰਜੀਤ ਬਾਜਵਾ ਲਾਈਨ 'ਤੇ ਨਾ ਈਟੋਬਿਕੋ ਹੋਸਪਿਟਲ ਤੋਂ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਹੈ। ਇਹਨਾਂ ਨੇ ਇੱਕ ਵੀਡੀਓ ਪਾਈ ਸੀ, ਬੜੀ ਹੀ ਉਹ ਟੱਚਿੰਗ ਵੀਡੀਓ ਸੀ ਔਰ ਇੰਨੀ ਛੇਤੀ ਉਹ ਵੀਡੀਓ ਵਾਇਰਲ ਹੋਈ ਹੈ। ਇਹਨਾਂ ਨੇ ਨੋਰਮਲ ਗੱਲਾਂ ਕੀਤੀਆਂ ਉਸ ਵੀਡੀਓ ਦੇ ਵਿੱਚ, ਬਹੁਤ ਸਧਾਰਨ ਗੱਲਾਂ ਕੀਤੀਆਂ ਲੇਕਿਨ ਬੜੇ ਦਿਲ ਤੋਂ ਕੀਤੀਆਂ, ਕਿਉਂਕਿ ਇਹ ਆਪ ਉਸ ਫਰੰਟ ਲਾਈਨ ਦੇ ਉੱਤੇ ਕੰਮ ਕਰ ਰਿਹਾ, ਦਿਨ ਭਰ ਸਵੇਰ ਤੋਂ ਸ਼ਾਮ ਔਰ ਰਾਤ 24 ਆਵਰ ਇਹ ਰੁੱਝੇ ਹੋਏ ਆ, ਉਹ ਇਹਨਾਂ ਦੇ ਸਾਥੀ। ਅਸੀਂ ਪਹਿਲਾਂ ਤਾਂ ਸਲਿਊਟ ਵੀ ਕਰਦੇ ਇਹਨਾਂ ਨੂੰ, ਅਤੇ ਜੋ ਇਹ ਆਪਣੇ ਅੱਖੀਂ ਦੇਖ ਰਹੇ ਆ ਫਸਟ ਹੈਂਡ ਇਨਫੋਰਮੇਸ਼ਨ ਜਿਹੜੀ ਇਹਨਾਂ ਕੋਲ ਹੈ ਉਹ ਦਿਲ ਨੂੰ ਡਰਾ ਦੇਣ ਵਾਲੀ ਹੈ, ਦਹਿਲਾ ਦੇਣ ਵਾਲੀ ਹੈ। ਤੋ ਜੇ ਅਸੀਂ ਇਹਨਾਂ ਦੀ ਗੱਲ ਨਾ ਮੰਨਾਂਗੇ ਤਾਂ ਕਿਹਦੀ ਗੱਲ ਮੰਨਾਂਗੇ? ਤੋ ਇਹਨਾਂ ਨੇ ਇੰਗਲਿਸ਼ 'ਚ ਪਹਿਲਾਂ ਵੀਡੀਓ ਪਾਈ ਸੀ, ਬਹੁਤ ਛੇਤੀ ਵਾਇਰਲ ਹੋਈ, ਫਿਰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤਾ ਕਿ ਤੁਸੀਂ ਪੰਜਾਬੀ ਦੇ ਵਿੱਚ ਵੀ ਪਲੀਜ਼ ਵੀਡੀਓ ਪਾ ਦਿਓ। ਇਹਨਾਂ ਨੇ ਉਸੇ ਵੇਲੇ ਫਿਰ ਪੰਜਾਬੀ 'ਚ ਵੀ ਤਰਜਮਾ ਕਰਕੇ ਉਹ ਵੀਡੀਓ ਪਾ ਦਿੱਤੀ। ਤੋ ਉਮੀਦ ਤਾਂ ਕਰ ਰਹੇ ਹਾਂ ਕਿ ਉਹ ਵੀਡੀਓ ਤੋਂ ਬਾਅਦ ਕਾਫੀ ਫਰਕ ਪਿਆ ਹੋਏਗਾ, ਪਤਾ ਨਹੀਂ ਕਿੰਨਾ ਕੁ ਪਿਆ, ਕਿੰਨਾ ਕੁ ਨਹੀਂ, ਕਿੰਨਾ ਕੁ ਤੁਸੀਂ ਇਹਦੇ 'ਤੇ ਅਮਲ ਕੀਤਾ। ਪਰ ਮੈਂ ਕੁਛ ਬਹੁਤ ਇੰਪੋਰਟੈਂਟ ਗੱਲਾਂ ਡਾਕਟਰ ਬਾਜਵਾ ਨਾਲ ਕਰਨ ਜਾ ਰਿਹਾ, ਤੋ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ। ਆਈ ਨੋ ਤੁਸੀਂ ਪਹਿਲਾਂ ਇੱਕ ਬੜੇ ਇਸ ਨੋਬਲ ਪ੍ਰੋਫੈਸ਼ਨ 'ਚੋਂ ਔਰ ਆਪਾਂ ਤਾਂ ਬਹੁਤ ਪੁਰਾਣੇ ਦੋਸਤ ਹਾਂ, ਮੇਰੇ ਖਿਆਲ ਮੈਨੂੰ ਯਾਦ ਵੀ ਨਹੀਂ ਹੁਣ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂ ਤੁਹਾਡੇ ਬਾਰੇ, ਜਿੰਨਾ ਡੈਡੀਕੇਟਡ ਤੁਸੀਂ ਰਹੇ ਹੋ ਹਮੇਸ਼ਾ ਹੀ, ਸਾਨੂੰ ਮਾਣ ਹੈ ਤੁਹਾਡੀ ਜਿੱਥਾਂ ਤੁਸੀਂ ਇਸ ਸਰਵਿਸ ਦੇ ਰਹੇ ਹੋ ਪ੍ਰੋਫੈਸ਼ਨ ਆਪਣੇ ਇਸ ਦੇ ਵਿੱਚ, ਕੋਈ ਦੋ ਰਾਏ ਨਹੀਂ ਉਹਦੇ ਬਾਰੇ, ਲੇਕਿਨ ਇਹ ਜਿਹੜਾ ਇਸ ਲਈ ਸਮਾਂ ਹੈ ਇਹ ਬਹੁਤ ਹੀ ਅਲੱਗ ਹੈ, ਅਨਪ੍ਰੈਸੀਡੈਂਟਡ। ਨਾ ਸਾਡੇ ਵੱਡੇ ਵਡੇਰਿਆਂ ਨੇ, ਸਾਡੇ ਪਤਾ ਨਹੀਂ ਕਿਹੜੀ ਜਨਰੇਸ਼ਨ ਨੇ ਕਦੀ ਇਹੋ ਜਿਹਾ ਟਾਈਮ ਦੇਖਿਆ ਹੋਏਗਾ, ਅਤੇ ਪਰਮਾਤਮਾ ਕਰੇ ਕਦੀ ਨਾ ਹੀ ਦੇਖੀਏ ਮੁੜ ਕੇ। ਸੋ ਇਸ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡੀ ਜੌਬ ਹੈ, ਉਹ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈ। ਇੱਕ ਪਾਸੇ ਤੁਸੀਂ ਜੌਬ ਕਰਨੀ ਹੈ, ਦੂਜੇ ਪਾਸੇ ਆਪਣੇ ਆਪ ਨੂੰ ਬਚਾ ਕੇ ਵੀ ਰੱਖਣਾ। ਬਚਾ ਕੇ ਇਸ ਕਰਕੇ ਨਹੀਂ ਰੱਖਣਾ ਕਿ ਤੁਹਾਨੂੰ ਆਪਣੀ ਚਿੰਤਾ ਹੈ, ਉਹ ਤਾਂ ਹੈ ਹੀ ਹੈ, ਲੇਕਿਨ ਲੱਖਾਂ ਹਜ਼ਾਰਾਂ ਲੋਕ ਜਿਹੜੇ ਤੁਹਾਡੇ 'ਤੇ ਨਿਰਭਰ ਕਰਦੇ ਹੈ ਉਹਨਾਂ ਨੂੰ ਤੁਸੀਂ ਬਚਾਉਣਾ। ਤੋ ਇਸ ਜਿਸ ਸਮੇਂ 'ਚ ਗੁਜ਼ਰ ਰਹੇ ਹੋ, ਦਿਓ ਸਾਨੂੰ ਥੋੜ੍ਹੀ ਜਾਣਕਾਰੀ। ਹਾਂਜੀ, ਮੈਂ ਕੁਛ ਤੁਹਾਡੇ ਕੁਐਸਚਨਸ ਆਨਸਰ ਕਰਾਂਗਾ ਕਿ ਤੁਹਾਡਾ ਪਹਿਲਾ ਕੁਐਸਚਨ ਸੀਗਾ ਕਿ ਕੋਰੋਨਾ ਵਾਇਰਸ ਤੇ ਕੋਵਿਡ ਦੇ ਵਿੱਚ ਕੀ ਫਰਕ ਹੈ। ਕੋਰੋਨਾ ਵਾਇਰਸ ਵਾਇਰਸ ਦਾ ਨਾਮ ਹੈ, ਤੇ ਕੋਵਿਡ ਹੈਗਾ ਜਿਹੜੀ ਉਹ ਬਿਮਾਰੀ ਲੋਕਾਂ ਦੇ ਉੱਤੇ ਕਰਦੀ ਹੈ, ਉਹਦਾ ਨਾਮ ਹੈ ਕੋਰੋਨਾ ਵਾਇਰਸ ਡਿਜ਼ੀਜ਼ ਕੋਵਿਡ। ਤੇ ਕੋਵਿਡ-19 ਕਿਉਂਕਿ 2019 ਚ ਸ਼ੁਰੂ ਹੋਏ ਸੀਗੇ, ਸੋ ਕੋਰੋਨਾ ਵਾਇਰਸ ਦਾ ਨਾਮ ਹੈ, ਕੋਵਿਡ ਜਿਹੜੀ ਬਿਮਾਰੀ ਇਹ ਲੋਕਾਂ ਨੂੰ ਕਰ। ਅੱਛਾ, ਮੈਨੂੰ ਕੁਛ ਪਤਾ ਲੱਗਾ ਕਿ ਕੋਰੋਨਾ ਵਾਇਰਸ ਤੇ ਪਹਿਲਾਂ ਵੀ ਸੀ ਕੁਛ ਵਾਰ, ਕਈ ਵਾਰੀ ਫਲੂ ਹੀ ਸੀ ਇੱਕ ਤਰ੍ਹਾਂ ਦਾ, ਔਰ ਕਈ ਵਾਰੀ ਪਹਿਲਾਂ ਕਈ ਰੂਪ 'ਚ ਆ ਚੁੱਕਾ। ਹਾਂ, ਕੋਰੋਨਾ ਵਾਇਰਸ ਹਿਊਮਨਸ ਦੇ ਵਿੱਚ ਇਹ 7ਵੀਂ ਵਾਇਰਸ ਹੈ। ਚਾਰ ਪਹਿਲੀਆਂ ਜਿਹੜੀਆਂ ਚਾਰ ਹੈਗੀਆਂ ਉਹ ਤਾਂ ਸਦੀਆਂ ਤੋਂ ਚੱਲਦੀਆਂ ਆ ਰਹੀਆਂ, ਆਲਮੋਸਟ ਹਰ ਸਾਲ ਹੁੰਦੀ ਹੈ, ਥੋੜਾ ਬਹੁਤਾ ਖੰਘ ਜ਼ੁਕਾਮ ਬੱਚਿਆਂ ਨੂੰ ਹੋ ਕੇ ਤੇ 2-4 ਦਿਨਾਂ ਵਿੱਚ ਠੀਕ ਹੋ ਜਾਂਦੇ, ਉਹ ਚਾਰ ਵਾਇਰਸਿਸ ਨੇ। 5ਵੀਂ ਵਾਇਰਸ ਸੀਗੀ ਸਾਰਸ ਜੇ 2003 ਦੇ ਵਿੱਚ।
6ਵੀਂ ਕੋਰੋਨਾ ਵਾਇਰਸ ਸੀਗੀ ਮਰਸ ਜਿਹੜੀ ਸਾਊਦੀ ਅਰੇਬੀਆ ਚੋਂ ਆਈ ਸੀ ਕੁਛ ਸਾਲ ਪਹਿਲਾਂ ਤੇ 7ਵੀਂ ਹੈਗੀ ਹੈ ਇਹ ਵਾਲੀ ਕੋਰੋਨਾ ਵਾਇਰਸ ਜਿਹੜੀ ਹੁਣ ਇਸ ਵੇਲੇ ਫੈਲ ਰਹੀ ਸੋ ਟੋਟਲ ਹਿਊਮਨਸ ਦੇ ਵਿੱਚ 7 ਹੈਗੀਆਂ ਨੇ ਅਸੀਂ ਕਿਸੇ ਡਿਬੇਟ 'ਚ ਨਹੀਂ ਡਾਕਟਰ ਸਾਹਿਬ ਜਾਣਾ ਚਾਹੁੰਦੇ ਕਿ ਚਾਈਨਾ ਨੇ ਛੱਡਿਆ ਨਿਊਕਲੀਅਰ ਵਾਰ ਹੈ ਇਹ ਮਾਫ਼ ਕਰਨਾ ਬਾਇਓਲੋਜੀਕਲ ਵਾਰ ਹੈ ਕਿੱਥੋਂ ਸ਼ੁਰੂ ਹੋਇਆ ਉਸ ਗਹਿਰਾਈ 'ਚ ਤਾਂ ਨਹੀਂ ਜਾਂਦੇ ਕਿਉਂਕਿ ਕਿਸੇ ਕੋਲ ਵੀ ਇਹਦਾ ਕੋਈ ਐਵੀਡੈਂਸ ਨਹੀਂ ਹੈ ਪਰ ਜਿਹੜੀ ਮੁੜ ਮੁੜ ਕੇ ਬਿਮਾਰੀ ਆਉਂਦੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਕਿੱਥੋਂ ਪਨਪਦੀ ਹੈ ਬਿਮਾਰੀ ਇਹਦਾ ਮੈਨੂੰ ਤਾਂ ਕਾਫੀ ਹੱਦ ਤੱਕ ਇਹਦਾ ਯਕੀਨ ਹੈ ਕਿ ਇਹ ਮਤਲਬ ਉਹ ਬਾਇਓਲੋਜੀਕਲ ਵਾਰਫੇਅਰ ਵਾਲੀ ਗੱਲ ਨਹੀਂ ਹੈਗੀ ਇਹ ਸ਼ੁਰੂ ਹੁੰਦੀ ਹੈ ਮਾਰਕੀਟਸ ਤੋਂ ਚਾਈਨਾ ਦੇ ਵਿੱਚ ਜਿਹੜੀ ਜਿੱਥੋਂ ਸਾਰਸ ਵੀ ਸ਼ੁਰੂ ਹੋਈ ਸੀਗੀ ਜਿੱਥੋਂ ਇੱਕ ਦੋ ਹੋਰ ਵੀ ਹੋਈਆਂ ਤੇ ਇਨਫੈਕਟ ਕਾਫੀ ਸਾਲ ਪਹਿਲਾਂ ਇਹਨਾਂ ਨੇ ਦੱਸਤਾ ਸੀਗਾ ਕਿ ਸਾਰਸ ਤੋਂ ਬਾਅਦ ਵੀ ਕਹਿੰਦੇ ਇਹ ਚੀਜ਼ ਨੂੰ ਬੰਦ ਕਰੋ ਜੇ ਇਹ ਨਾ ਕੀਤੀ ਗਈ ਤੇ ਫਿਰ ਅੱਗੇ ਫਿਰ ਆਏਗੀ ਦੁਬਾਰਾ ਤੇ ਉਹੀ ਗੱਲ ਹੋਈ ਇੱਥੇ ਆਈ ਹੈ ਮੀਟ ਉੱਥੇ ਚਾਈਨਾ ਦੇ ਵਿੱਚ ਇਹੋ ਜਿਹੇ ਕੁਝ ਮਾਰਕੀਟਸ ਆ ਜਿਹਦੇ ਤੁਸੀਂ ਟੀਵੀ ਤੇ ਵੀ ਯੂਟਿਊਬ ਤੇ ਤੁਸੀਂ ਦੇਖ ਰਹੇ ਉਹਨਾਂ ਦੇ ਵਿੱਚ ਨਾ ਜ਼ਿਆਦਾ ਚਾਂਸਿਸ ਹੈ ਕਿਉਂਕਿ ਉਹ ਮਾਰਕੀਟਸ ਦੇ ਵਿੱਚ ਬੜੇ ਕਿਸਮ ਦੇ ਜਾਨਵਰ ਹੁੰਦੇ ਆ ਉਹਨਾਂ ਨੂੰ ਉਸੇ ਵੇਲੇ ਲਾਈਵ ਮਾਰ ਕੇ ਤੇ ਉਸ ਵੇਲੇ ਵੇਚਦੇ ਆ ਤੇ ਉਹਨਾਂ ਦੀ ਜਿਹੜੀ ਮਿਕਸਿੰਗ ਹੁੰਦੀ ਹੈ ਨਾ ਉਹਨਾਂ ਜਾਨਵਰਾਂ ਦੇ ਵਿੱਚ ਤੇ ਹਿਊਮਨਸ ਦੇ ਵਿੱਚ ਉਹਨਾਂ ਦੇ ਵਿੱਚ ਮਿਕਸਿੰਗ ਦੇ ਵਿੱਚ ਬਾਈ ਚਾਂਸ ਇਹ ਦੁਬਾਰਾ ਇਹ ਵਾਇਰਸ ਹੋ ਗਈ ਹੋਈ ਹੈ ਕ੍ਰਾਸ ਬਰੀਡ ਡਾਕਟਰ ਹੋ ਜਾਂਦੀ ਹੈ ਕ੍ਰਾਸ ਬਰੀਡ ਹੋ ਜਾਂਦੀ ਹੈ ਹਾਂਜੀ ਹਾਂ ਇਹਨੂੰ ਜਿਹੜੀ ਵਾਇਰਸਿਸ ਹਿਊਮਨਸ ਦੀ ਹੁੰਦੀ ਹੈ ਉਹ ਹਿਊਮਨਸ 'ਚ ਰਹਿੰਦੀ ਹੈ ਜਿਹੜੀਆਂ ਜਾਨਵਰਾਂ 'ਚ ਹੁੰਦੀ ਹੈ ਜਾਨਵਰਾਂ 'ਚ ਰਹਿੰਦੀ ਹੈ ਲੱਖਾਂ 'ਚੋਂ ਇੱਕ ਕਰੋੜਾਂ 'ਚੋਂ ਇੱਕ ਚਾਂਸ ਹੁੰਦਾ ਜਦੋਂ ਉਹ ਇੱਕ ਦੂਜੇ ਤੋਂ ਕਰੋਸ ਕਰਦੀਆਂ ਹੈਗੀਆਂ ਉਹੀ ਮਤਲਬ ਤਾਂ ਹੀ ਇੰਨੇ ਸਾਲਾਂ ਬਾਅਦ ਇਹ ਬਿਮਾਰੀ ਆਉਂਦੀ ਹੈਗੀ ਕੋਈ ਲੱਖਾਂ ਕਰੋੜਾਂ ਦੇ ਵਿੱਚ ਚਾਂਸ ਦੇ ਵਿੱਚ ਇਹ ਚਾਂਸ ਹੋ ਗਿਆ ਤੇ ਇੱਕ ਵਾਰੀ ਹੋ ਜਾਵੇ ਤੇ ਫਿਰ ਹਿਊਮਨਸ ਦੇ ਵਿੱਚ ਜਦੋਂ ਫੈਲਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਬਹੁਤ ਤੇਜ਼ੀ ਨਾਲ ਫੈਲਦੀ ਹੈ ਡਾਕਟਰ ਸਾਹਿਬ ਅਸੀਂ ਇੱਕ ਮੂਵੀ ਦੇਖੀ ਪਰਸੋਂ ਵੈਸੇ ਤਾਂ ਬਹੁਤ ਲੋਕਾਂ ਨੇ ਵੀ ਦੇਖੀ ਹੋਏਗੀ ਉਹ ਕੰਟੇਨੀਅਸ ਫਿਲਮ ਉਹਦਾ ਨਾਂ ਹੈ ਉਹ ਹਾਲੀਵੁੱਡ ਕੰਟੇਂਜੈਂਟ ਔਰ ਇਹ 2011 ਦੇ ਵਿੱਚ ਬਣੀ ਹੋਈ ਹੈ ਔਰ ਉਹਦੇ 'ਚ ਵੀ ਉਹਨਾਂ ਨੇ ਇਹੀ ਦੱਸਿਆ ਕਿ ਚਮਗਾਦੜ ਡਿੱਗਦਾ ਹੈ ਥੱਲੇ ਜਾਂ ਸੱਪ ਖਾ ਲੈਂਦਾ ਉਹਨੂੰ ਫਿਰ ਉਸ ਤੋਂ ਬਾਅਦ ਉਹਨੂੰ ਸੂਅਰ ਖਾ ਲੈਂਦਾ ਫਿਰ ਉਹ ਜਿਹੜਾ ਸ਼ੈਫ ਹੈ ਉਹ ਜਦੋਂ ਮੀਟ ਬਣਾਉਂਦਾ ਉਹਨੂੰ ਕੁੱਕ ਕਰਦਾ ਉਹ ਹੱਥ ਲੱਗ ਜਾਂਦੇ ਆ ਜਨਾਨੀ ਦੇ ਨਾਲ ਜਿਹੜੀ ਉੱਥੇ ਕਿਤੇ ਗਈ ਹੋਈ ਹੈ ਕਿਸੇ ਕਾਨਫਰੰਸ ਨੂੰ ਅਟੈਂਡ ਕਰਨ ਵਾਸਤੇ ਅਮਰੀਕਾ ਤੋਂ ਉਹ ਨਾਲ ਲੈ ਆਉਂਦੀ ਹੈ ਉੱਥੋਂ ਉਸ ਵਾਇਰਸ ਨੂੰ ਔਰ ਜਿਹੜਾ ਜਿਹੜਾ ਬੰਦਾ ਉਹਦੇ ਸੰਪਰਕ 'ਚ ਆਈ ਜਾਂਦਾ ਫਿਰ ਜਿਵੇਂ ਉਹ ਫੈਲਦੀ ਹੈ ਜਿਉਂ ਜਿਉਂ ਅਸੀਂ ਮੂਵੀ ਦੇਖਦੇ ਗਏ ਤਿਉਂ ਤਿਉਂ ਮਤਲਬ ਸੁਣ ਹੁੰਦੇ ਗਏ ਕਿ ਕਿਸੇ ਬੰਦੇ ਦੀ ਕਿਆ ਇਮੈਜੀਨੇਸ਼ਨ ਹੈ ਕਿ 2011 ਦੇ ਵਿੱਚ ਉਹਨੇ ਇਮੈਜਿਨ ਕੀਤਾ ਕਿ ਜੇ ਕਿਤੇ ਇੱਦਾਂ ਹੋਇਆ ਹੈ ਤਾਂ ਇਹ ਫਿਕਸ਼ਨ ਹੈ ਇੱਕ ਇਮੈਜੀਨੇਸ਼ਨ ਹੈ ਪਰ ਕੀ ਹੋਏਗਾ ਔਰ ਅੱਜ ਉਹ ਸਾਰਾ ਕੁਛ ਉੱਦਾਂ ਹੀ ਹੁੰਦਾ ਨਜ਼ਰ ਆ ਰਿਹਾ ਹੂ ਬਹੂ ਮਤਲਬ ਮੈਂ ਹੈਰਾਨ ਸੀ ਇਸ ਗੱਲ ਨੂੰ ਦੇਖ ਕੇ ਕਿ ਇਹ ਆਲਰੇਡੀ ਹਿਊਮਨ ਜਿਹੜੀ ਮੈਨਕਾਇੰਡ ਦੀ ਇਮੈਜੀਨੇਸ਼ਨ ਤੱਕ ਜਾ ਚੁੱਕੀ ਹੈ ਕਿ ਇੱਦਾਂ ਹੋ ਸਕਦਾ ਹੈ ਪਰ ਫਿਰ ਵੀ ਆਪਣੀਆਂ ਸਰਕਾਰਾਂ ਇਹਦੇ ਲਈ ਕਿਉਂ ਪ੍ਰਪੇਅਰਡ ਨਹੀਂ ਹੈ ਬਿਲ ਗੇਟ ਨੇ ਬਹੁਤ ਪਹਿਲਾਂ ਇਹ ਕਿਹਾ ਬਾਰ ਬਾਰ ਹੁਣ ਗੱਲਾਂ ਸਾਹਮਣੇ ਆ ਰਹੀਆਂ ਕੁਛ ਕਿਤਾਬਾਂ 'ਚ ਲਿਖਿਆ ਕਿ ਕਦੀ ਵੀ ਜਦੋਂ ਫੈਲੇਗੀ ਤਾਂ ਬਹੁਤ ਵੱਡੀ ਮਹਾਂਮਾਰੀ ਬਣ ਜਾਏਗੀ ਵਾਈ ਵੀ ਆਰ ਨਾਟ ਪ੍ਰਪੇਅਰਡ ਫੋਰ ਸੱਚ ਸਿਚੁਏਸ਼ਨਸ ਬਿਲਕੁਲ ਸਾਹਿਬ ਤੇ ਇਹ ਨਾ ਤੁਸੀਂ ਕਹਿ ਰਹੇ ਇਮੈਜੀਨੇਸ਼ਨ ਨਹੀਂ ਹੈਗੀ ਇਹ ਬੇਸਡ ਔਨ ਰਿਐਲਿਟੀ ਹੈ ਉਹਨਾਂ ਨੂੰ ਉਸ ਵੇਲੇ ਪਤਾ ਸੀਗਾ ਕਿ ਇਹ ਚੀਜ਼ਾਂ ਹੋਣੀਆਂ ਇਨ ਦਾ ਫਿਊਚਰ ਬਿਕਾਜ਼ ਆਹ ਸਾਰੇ ਕੰਡੀਸ਼ਨਸ ਆਲਰੇਡੀ ਹੈਗੇ ਆਪਣੇ ਦੇ ਵਿੱਚ ਇਹ ਨਹੀਂ ਪਤਾ ਇੱਕ ਸਾਲ ਨੂੰ ਹੋਏਗੀ ਜਾਂ 10 ਸਾਲ ਨੂੰ ਜਾਂ 15 ਸਾਲਾਂ ਨੂੰ ਪਰ ਹੋਏਗੀ ਜ਼ਰੂਰ ਉਹਨਾਂ ਨੇ ਵੀ ਮੂਵੀ ਵਾਲਿਆਂ ਨੇ ਸਾਇੰਸ ਵਾਲਿਆਂ ਤੋਂ ਬੁੱਕਸ ਪੜ੍ਹ ਕੇ ਤੇ ਤਾਂ ਉਹਨਾਂ ਨੇ ਕੀਤਾ ਸੀਗਾ ਸਾਇੰਟਿਸਟ ਤਾਂ ਆਲਮੋਸਟ 20 ਸਾਲ ਹੋ ਗਏ ਕਹਿੰਦਿਆਂ ਨੂੰ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਬਟ ਦ ਪ੍ਰੋਬਲਮ ਇਜ਼ ਇਹ ਚੀਜ਼ਾਂ ਨੂੰ ਫੋਰਸਾਈਟ ਕਰਨੀ ਹੈ ਫਿਊਚਰ ਦੇ ਵਿੱਚ ਇਮੈਜਿਨ ਕਰਨਾ ਪੋਲੀਟੀਸ਼ੀਅਨਸ ਵਾਸਤੇ ਕਾਫੀ ਕਈ ਵਾਰੀ ਔਖਾ ਹੋ ਜਾਂਦਾ ਤੇ ਤਾਂ ਕਰਕੇ ਉਹਨਾਂ ਨੂੰ ਕੰਟਰੋਲ ਪਹਿਲਾਂ ਹੀ ਕਰਨਾ ਬਹੁਤ ਔਖਾ ਹੋ ਜਾਂਦਾ ਜਿਹੜੇ ਅੱਛੇ ਗਵਰਨਮੈਂਟਸ ਇਹ ਪਬਲਿਕ ਹੈਲਥ ਨੂੰ ਸੁਣਨ ਵਾਲੇ ਉਹ ਇਸ ਬਿਮਾਰੀ ਦੇ ਵਿੱਚੋਂ ਕਾਫੀ ਹੱਦ ਤੱਕ ਬਚ ਗਏ ਆ ਥਾਈਵਾਨ ਸਾਊਥ ਕੋਰੀਆ ਜਪਾਨ ਵਾਲੇ ਸਿੰਗਾਪੁਰ ਵਾਲੇ ਉਹ ਉਹਨਾਂ ਦੀ ਪਬਲਿਕ ਹੈਲਥ ਸਿਸਟਮ ਬਹੁਤ ਤਕੜੀ ਆ ਬੜੀ ਛੇਤੀ ਤੇਜ਼ੀ ਨਾਲ ਉਹਨਾਂ ਨੇ ਸਾਂਭ ਲਿਆ ਹੋਇਆ ਜਿਹੜੇ ਥੋੜੇ ਜਿਹੇ ਸਾਇੰਟਿਸਟ ਦੇ ਘੱਟ ਆਖੇ ਲੱਗਣ ਵਾਲੇ ਸੀਗੇ ਉਹ ਉਹਨਾਂ ਨੇ ਇਸ ਚੀਜ਼ ਦੇ ਵਿੱਚ ਸਫ਼ਰ ਕਾਫੀ ਕੀਤਾ ਹੋਇਆ ਤੇ ਉਮੀਦ ਮੇਰੀ ਤਾਂ ਇਹੀ ਹੈ ਕਿ ਹਜੇ ਵੀ ਗਵਰਨਮੈਂਟਸ ਅਰਾਊਂਡ ਦ ਵਰਲਡ ਇਸ ਚੀਜ਼ ਦੇ ਵਿੱਚ ਗੱਲ ਸੁਣ ਲੈਣ ਤੇ ਨੈਕਸਟ ਪੈਂਡੇਮਿਕ ਤੋਂ ਵਾਸਤੇ ਤਿਆਰੀ ਕਰ ਲੈਣ ਕਿਉਂਕਿ ਇਹ ਲਾਸਟ ਵਨ ਨਹੀਂ ਹੈਗਾ ਇਸ ਤੋਂ ਬਾਅਦ ਵੀ ਹੋਣਗੇ ਸੋ ਪ੍ਰਪੇਅਰ ਆਪਣੇ ਆਪ ਨੂੰ ਕਰ ਲੈਣ ਤੇ ਸਾਇੰਟਿਸਟ ਦੀ ਗੱਲ ਸੁਣ ਲੈਣ ਤੇ ਜਿਹੋ ਜਿਹੇ ਅੱਛੇ ਕੰਟਰੀਜ਼ ਨੇ ਇਸ ਨੂੰ ਸਾਂਭ ਲਿਆ ਬਾਕੀ ਸਾਰੇ ਕੰਟਰੀਜ਼ ਨੂੰ ਵੀ ਇਸ ਚੀਜ਼ ਵਾਸਤੇ ਪ੍ਰਪੇਅਰਡਨੈਸ ਕਰ ਲੈਣੀ ਚਾਹੀਦੀ ਹੈ ਅੱਛਾ ਤੁਸੀਂ ਗੱਲ ਕੀਤੀ ਹੈ ਉਹਨਾਂ ਕੰਟਰੀਜ਼ ਦੀ ਮੈਂ ਰਸ਼ੀਆ ਦੀ ਵੀ ਗੱਲ ਡਾਕਟਰ ਸਾਹਿਬ ਕਰਨਾ ਚਾਹਾਂਗਾ
ਚਾਈਨਾ ਦੇ ਨਾਲ ਸਰਹੱਦ ਲੱਗਦੀ ਹੈ ਔਰ ਐਡੀ ਲੰਬੀ ਉਹਨਾਂ ਦੀ ਸਰਹੱਦ ਹੈ, ਬਾਰਡਰ ਹੈ, 253-260 ਕੇਸ ਸਾਰੇ ਉਹਨਾਂ ਦੇ ਸਾਡੇ ਸਾਹਮਣੇ ਆਏ ਅੱਜ ਤੱਕ। ਐਡੀ ਵੱਡੀ ਦੁਨੀਆ ਦੀ ਉਹ ਕੰਟਰੀ ਹੈ। UAE ਦੀ ਗੱਲ ਕਰੀਏ ਜਿੱਥੇ ਦੁਨੀਆਂ ਦੇ ਸਭ ਤੋਂ ਜ਼ਿਆਦਾ ਲੋਕ ਜਾਂਦੇ ਹੈ, ਆਲ ਓਵਰ ਦਾ ਵਰਲਡ ਲੋਕ ਉੱਥੇ ਜਾਂਦੇ ਹੈ, ਬਿਲਕੁਲ ਉਹਨਾਂ ਨੇ ਕੰਟਰੋਲ ਕੀਤਾ ਹੋਇਆ। ਲੇਕਿਨ ਸਾਡਾ ਇਹ ਮੁਲਕ, ਮੈਂ ਕੋਈ ਪੋਲੀਟੀਸ਼ੀਨਾਂ ਨੂੰ ਕੋਈ ਬਲੇਮ ਨਹੀਂ ਕਰਨ ਦੀ ਕੋਈ ਗੱਲ ਕਰ ਰਿਹਾ, ਪਰ ਬੜੀ ਹੈਰਾਨਗੀ ਦੀ ਗੱਲ ਹੈ, ਨਾ ਸਿਰਫ ਸਾਡਾ ਮੁਲਕ ਬਲਕਿ ਗੁਆਂਢੀ ਮੁਲਕ ਅਮਰੀਕਾ ਜਿੱਥੇ ਫਿਲਮਾਂ ਬਣੀਆਂ, ਜਿੱਥੇ ਸਭ ਤੋਂ ਜ਼ਿਆਦਾ ਇਹਦੀ ਚਰਚਾ ਹੋ ਚੁੱਕੀ ਹੈ ਕਿ ਕਦੀ ਵੀ ਇੱਦਾਂ ਹੋ ਸਕਦਾ ਹੈ, ਦੁਨੀਆਂ ਦੀ ਸਭ ਤੋਂ ਐਡਵਾਂਸ ਟੈਕਨੋਲੋਜੀ, ਦੁਨੀਆਂ ਦਾ ਸਭ ਤੋਂ ਐਡਵਾਂਸ ਮੈਡੀਕਲ ਸਿਸਟਮ ਉੱਥੇ ਹੈ। ਪਰ ਮੈਂ ਉਹਨਾਂ ਦੀ ਤਿਆਰੀ ਦੇਖ ਕੇ ਹੈਰਾਨ ਹੋ ਰਿਹਾ, ਔਰ ਜਿਸ ਤਰ੍ਹਾਂ ਅਮੈਰੀਕਾ ਦੇ ਵਿੱਚ ਤਬਾਹੀ ਹੋ ਰਹੀ ਹੈ, ਉਹ ਉੱਥੋਂ ਸਾਡੇ ਵੱਲ ਨੂੰ ਇੱਧਰ ਨੂੰ ਕੱਲ੍ਹ ਨੂੰ ਕਿੰਨਾ ਕੁ ਉੱਥੋਂ ਸਾਨੂੰ ਨੁਕਸਾਨ ਕੈਨੇਡਾ ਨੂੰ ਉਹਦਾ ਭਰਨਾ ਪਏਗਾ ਪਤਾ ਨਹੀਂ, ਅਸੀਂ ਕਿੰਨੇ ਕੁ ਤਿਆਰ ਹਾਂ ਪਤਾ ਨਹੀਂ। ਤੁਸੀਂ ਕੁਝ ਕਮੈਂਟ ਕਰਨਾ ਚਾਹੋਗੇ? ਹਾਂ, ਇਸ ਚੀਜ਼ ਵਾਸਤੇ ਨਾ ਤੁਹਾਡੀ ਦੁਨੀਆਂ ਦੇ ਵਿੱਚ ਸਭ ਤੋਂ ਤਕੜੀ ਤੋਂ ਤਕੜੀ ਤੁਹਾਡੇ ਕੋਲ ਮੈਡੀਕਲ ਟੈਕਨੋਲੋਜੀ ਹੋਵੇ, ਪਰ ਉਹਦੀ ਲੋੜ ਹੀ ਨਹੀਂ ਪੈਣੀ ਹੈਗੀ, ਕਿਉਂਕਿ ਇਹਦੇ ਵਾਸਤੇ ਸਿੰਪਲ ਚੀਜ਼ਾਂ ਇਹਦੇ ਨਾਲ ਠੀਕ ਹੋਣੇ ਆ। ਇੱਕ ਦੂਜੇ ਤੋਂ ਦੂਰ ਰਹੋ, ਹੱਥ ਧੋਵੋ, ਐਂਡ ਦੈਟਸ ਇਟ। ਮਤਲਬ ਇੱਦੋਂ ਸਿੰਪਲ ਕਿਹੜੀ ਚੀਜ਼ ਹੋ ਸਕਦੀ ਹੈ? ਨਾ ਤੁਹਾਨੂੰ ਇਹਦੇ ਵਾਸਤੇ ਕੋਈ ਬਹੁਤ ਵੱਡੀ ਤਕੜੀ ਦਵਾਈ ਦੀ ਲੋੜ, ਨਾ ਕੁਝ ਹੋਰ ਚੀਜ਼ ਦੀ ਲੋੜ ਹੈ। ਇਟਸ ਸਿੰਪਲ, ਵੈਰੀ ਸਿੰਪਲ। ਕਰਨਾ ਬਹੁਤ ਔਖਾ ਹੈ, ਮਤਲਬ ਇਹ ਚੀਜ਼ਾਂ ਆਪਾਂ ਗਿੱਜੇ ਨਹੀਂ ਹੋਏ ਇਹੋ ਜਿਹੀਆਂ ਸੋਸ਼ਲ ਚੀਜ਼ਾਂ ਕਰਨ ਨੂੰ, ਕਿਉਂਕਿ ਆਪ ਸੋਸ਼ਲ ਮਿਲਣਾ ਵਰਤਣਾ ਬਹੁਤ ਆਪਣੇ ਕਲਚਰ ਦੇ ਵਿੱਚ ਕਾਮਨ ਹੈ, ਅਤੇ ਤਾਂ ਕਰਕੇ ਆਪ ਵੀ ਨਾਟ ਯੂਜ਼ ਟੂ ਦੀਸ ਥਿੰਗਸ। ਪਰ ਜੇ ਯੂਜ਼ ਟੂ ਹੋ ਜਾਵਾਂਗੇ ਅਤੇ ਇਹ ਚੀਜ਼ ਨੂੰ ਬੜੀ ਸਿੰਪਲ ਚੀਜ਼ਾਂ ਨਾਲ ਇਸ ਚੀਜ਼ ਦਾ ਖਤਮ ਕਰ ਸਕਦੇ ਬਿਮਾਰੀ ਨੂੰ, ਇਸ 'ਚ ਵੱਡੇ ਵੱਡੇ ਤਕੜੀ ਟੈਕਨੋਲੋਜੀ ਦੀ ਲੋੜ ਹੀ ਨਹੀਂ ਪੈਣੀ। ਡਾਕਟਰ ਸਾਹਿਬ, ਅਸੀਂ ਬਹੁਤ ਸ਼ੁਰੂ ਤੋਂ ਹੀ ਇੰਟਰਵਿਊਜ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ, ਪ੍ਰੀਮੀਅਰ ਨਾਲ ਗੱਲ ਹੋ ਰਹੀ ਸੀ, ਸਾਡੇ ਮਿਨਿਸਟਰ ਆਫ ਹੈਲਥ ਨੇ ਪ੍ਰੋਵਿੰਸ ਦੇ ਕ੍ਰਿਸਟਨ ਐਲੀਅਰ ਉਹਨਾਂ ਨਾਲ ਗੱਲ ਹੋ ਰਹੀ ਸੀ, ਜਿੰਨੇ ਨਾਲ ਵੀ ਗੱਲ ਹੋ ਰਹੀ ਸੀ ਸਾਰੇ ਕਹਿ ਰਹੇ ਸੀ ਕਿ ਚਿੰਤਾ ਨਾ ਕਰੋ ਅਸੀਂ ਪ੍ਰਿਪੇਅਰਡ ਹਾਂ, ਚਿੰਤਾ ਨਾ ਕਰੋ ਅਸੀਂ ਪ੍ਰਿਪੇਅਰਡ ਹਾਂ, ਚਿੰਤਾ ਨਾ ਕਰੋ ਅਸੀਂ ਪ੍ਰਿਪੇਅਰਡ ਹਾਂ। ਪਰ ਹੁਣ ਜਦੋਂ ਪੋਲ ਖੁੱਲ੍ਹ ਰਹੀ ਹੈ ਤਾਂ ਸਮਝ ਆ ਰਿਹਾ ਹੈ ਕਿ ਸਾਡੇ ਕੋਲ ਤਾਂ ਮਾਸਕ ਵੀ ਹੈ ਨਹੀਂ, 55 ਮਿਲੀਅਨ ਮਾਸਕ ਕਿਤੇ ਸਾਰਸ ਵੇਲੇ ਖਰੀਦੇ ਸੀ, ਉਹ ਪਤਾ ਲੱਗਾ ਡਿਸਕਾਰਡਡ ਹੋ ਚੁੱਕੇ, ਉਹਨਾਂ ਦੀ 5 ਸਾਲ ਸਾਰੀ ਸ਼ੈਲਫ ਲਾਈਫ ਆ, ਉਹ ਖਤਮ ਹੋ ਚੁੱਕੇ ਹੈ। ਅੱਜ ਜੋ ਫਰੰਟ ਲਾਈਨ ਵਰਕਰਸ ਨੂੰ ਪਤਾ ਨਹੀਂ ਸਾਰੀ ਫੈਸਿਲਿਟੀਜ਼ ਮਿਲ ਰਹੀਆਂ ਕਿ ਨਹੀਂ, ਆਰ ਦੇ ਵੈਦਰ ਫੁੱਲੀ ਇਕਵਿਪਡ ਔਰ ਨਾਟ, ਕਿੰਨੇ ਕੁ ਵੈਂਟੀਲੇਟਰ ਆ, ਕਿੰਨੇ ਕੁ ਸਾਡੇ ਕੋਲ ਬੈਡਸ ਨੇ, ਕਿੰਨੀ ਕੁ ਸਾਡੀ ਤਿਆਰੀ ਹੈ ਇਹਦੇ ਨਾਲ ਡੀਲ ਕਰਨ ਵਾਸਤੇ? ਕੁਛ ਪੋਲੀਟੀਸ਼ੀਅਨ ਨਾ ਕੁਛ ਡਿਫਰੈਂਟ ਤਰੀਕੇ ਨਾਲ ਗੱਲ ਕਰਨੀ ਪੈਂਦੀ ਹੈ, ਅਤੇ ਤਾਂ ਕਰਕੇ ਉਹ ਥੋੜ੍ਹੀ ਜਿਹੀ ਰਿਸਟ੍ਰਿਕਟਡ ਲਿਮਿਟਿਡ ਗੱਲਾਂ ਕਰਦੇ ਹੁੰਦੇ, ਕਿਉਂਕਿ ਉਹ ਕਈ ਵਾਰੀ ਉਹਨਾਂ ਨੂੰ ਲੋਕਾਂ ਤੋਂ ਪੈਨਿਕ ਤੋਂ ਬਚਾਉਣ ਵਾਸਤੇ ਵੀ ਸੰਕੋਚ ਕੇ ਗੱਲ ਕਰਨੀ ਪੈਂਦੀ ਹੈ, ਅਤੇ ਤਾਂ ਕਰਕੇ ਉਹ ਇਹੋ ਜਿਹੇ ਕਈ ਵਾਰੀ ਗੱਲਾਂ ਕਰ ਜਾਂਦੇ ਹੁੰਦੇ ਆ। ਸੋ ਹਾਂ, ਕੈਨੇਡਾ ਕੰਪੇਅਰਡ ਟੂ ਅਦਰ ਕੰਟਰੀਜ਼ ਇਜ਼ ਬੈਟਰ ਪ੍ਰਪੇਅਰਡ, ਇਹਨਾਂ ਨੇ ਅੱਛੀ ਤਿਆਰੀ ਕੀਤੀ ਹੈ। ਮੈਨੂੰ ਲੱਗਦਾ, ਉਮੀਦ ਹੈ ਕਿ ਜਿਹੋ ਜਿਹਾ ਬੁਰਾ ਹਾਲ ਇਟਲੀ ਅਤੇ ਇਰਾਨ ਅਤੇ ਸਪੇਨ ਅਤੇ ਫਰਾਂਸ ਅਤੇ ਜਰਮਨੀ ਦੇ ਵਿੱਚ ਹੋ ਰਿਹਾ, ਮੈਨੂੰ ਲੱਗਦਾ ਨਹੀਂ ਕਿ ਸਾਡਾ ਇੰਨਾ ਬੁਰਾ ਹਾਲ ਹੋਏਗਾ, ਕਿਉਂਕਿ ਇੱਥੋਂ ਦੇ ਪਬਲਿਕ ਹੈਲਥ ਸਿਸਟਮ ਵੀ ਅੱਛਾ ਹੈ, ਅਤੇ ਇੱਥੋਂ ਦੇ ਪੋਲੀਟੀਸ਼ੀਅਨਸ ਵੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨੇ, ਅਤੇ ਕਈ ਹੋਰ ਦੇਸ਼ਾਂ ਦੇ ਵਿੱਚ ਖਾਸ ਕਰਕੇ ਅਮੈਰੀਕਾ ਦੇ ਵਿੱਚ ਅੱਜ ਹੀ ਟਰੰਪ ਨੇ ਆਖਿਆ ਹੈਗਾ ਕਿ ਅਸੀਂ ਡਾਕਟਰਸ ਦੀ ਗੱਲ ਨਹੀਂ ਸੁਣਨੀ ਹੈਗੀ, ਇਹਨਾਂ ਦੇ ਵੱਸ ਹੋਵੇ ਤਾਂ ਸਭ ਕੁਛ ਹੀ ਬੰਦ ਕਰ ਦੇਣ, ਅਸੀਂ ਫਿਰ ਵੀ ਆਪਣੇ ਬਿਜ਼ਨਸਿਸ ਨੂੰ ਦੁਬਾਰਾ ਖੋਲ੍ਹ ਲੈਣਾ। ਜਦੋਂ ਇਹੋ ਜਿਹੀਆਂ ਮਨਮਰਜ਼ੀਆਂ ਕਰਨ ਲੱਗ ਪੈਂਦੇ ਨਾ, ਅਤੇ ਜੇ ਪ੍ਰੋਫੈਸ਼ਨਲ ਦੀ ਗੱਲ ਨਹੀਂ ਸੁਣਦੇ ਹੈਗੇ, ਅਤੇ ਉਹ ਕੰਟਰੀ ਥੋੜ੍ਹੇ ਜਿਹੇ ਜ਼ਿਆਦਾ ਸਫ਼ਰ ਕਰਦੇ ਹੈ। ਅਤੇ ਮੈਨੂੰ ਉਮੀਦ ਹੈ ਕਿ ਕੈਨੇਡਾ ਵਾਲੇ ਕੁਛ ਹੱਦ ਤੱਕ, ਕਾਫ਼ੀ ਹੱਦ ਤੱਕ ਦੂਜੇ ਬੁਰੇ ਹਾਲ ਕੇਸਿਸ ਨਾਲੋਂ ਬਚ ਜਾਣਗੇ। ਪਰ ਅਗੇਨ ਅਪੀਲ ਮੇਰੀ ਇੱਕੋ ਹੀ ਹੈ ਸਾਰਿਆਂ ਨੂੰ ਕਿ ਮੰਨ ਜਾਓ ਪਬਲਿਕ ਹੈਲਥ ਵਾਲਿਆਂ ਦੀ ਗੱਲ। ਇਹ ਐਵੇਂ ਨਹੀਂ ਕਹਿ ਰਹੇ ਹੈਗੇ ਕਿ ਤੁਸੀਂ ਘਰ ਰਹੋ ਅਤੇ ਸੋਸ਼ਲ ਡਿਸਟੈਂਸਿੰਗ ਰੱਖੋ ਅਤੇ ਦੂਰ ਰਹੋ ਇੱਕ ਦੂਜੇ ਤੋਂ। ਇਹਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ ਕਿ ਜੇ ਇਹ ਚੀਜ਼ ਨੂੰ ਮੰਨ ਜਾਵਾਂਗੇ ਆਪਾਂ ਸਾਰੇ ਜਾਣੇ ਰਲ ਕੇ, ਅਤੇ ਬਹੁਤ ਜ਼ਿਆਦਾ ਸੀਰੀਅਸ ਕੇਸਿਸ ਤੋਂ ਬਚ ਜਾਵਾਂਗੇ। ਜੇ ਨਹੀਂ ਕੀਤਾ ਤਾਂ ਫਿਰ ਮਤਲਬ ਫਿਰ ਡਿਫੀਕਲਟ ਟਾਈਮਸ ਆਉਣ ਵਾਲੇ ਨੇ ਜੀ। ਤੁਸੀਂ ਈਟੋਬਿਕ ਹੋਸਪਿਟਲ ਬਾਰੇ ਸਾਨੂੰ ਕੁਝ ਦੱਸਣਾ ਚਾਹੋ? ਤੁਸੀਂ ਜੋ ਉੱਥੇ ਇਸ ਵੇਲੇ ਐਕਸਪੀਰੀਅੰਸ ਕਰ ਰਹੇ ਹੋ, ਕਿੰਨੇ ਕੁ ਕੇਸਿਸ ਆ ਰਹੇ ਹੈ, ਉਹਨਾਂ ਦੀ ਕੀ ਸਿਚੁਏਸ਼ਨ ਹੈ ਮੋਟੇ ਤੌਰ ਦੇ ਉੱਤੇ? ਹਾਂ, ਮੋਟੇ ਤੌਰ 'ਤੇ ਇਸ ਤਰ੍ਹਾਂ ਦੱਸ ਸਕਦਾ ਕਿ ਹਾਲੇ ਜਿਹੜੇ ਕੇਸਿਸ ਆ ਰਹੇ ਹੈਗੇ ਆ, ਪਰ ਉਹ ਜ਼ਿਆਦਾ ਸੀਰੀਅਸ ਵਾਲੇ ਨਹੀਂ ਹੈਗੇ, ਉਹ ਥੋੜ੍ਹੀ ਗਿਣਤੀ 'ਚ, ਅਤੇ ਉਹ ਦੈਟ ਵਿਲ ਚੇਂਜ ਇਨ ਦ ਨੈਕਸਟ 1-3-4 ਹਫ਼ਤਿਆਂ ਦੇ ਵਿੱਚ, ਉਦੋਂ ਮਤਲਬ ਥੋੜ੍ਹੇ ਜਿਹੇ ਸੀਰੀਅਸ ਕੇਸਿਸ ਆਉਣ ਲੱਗ ਪੈਣਗੇ। ਅਤੇ ਜੇ ਆਪਾਂ ਸਾਰੇ ਜਾਣੇ ਰਲ ਕੇ ਇਸ ਚੀਜ਼ ਨੂੰ ਮੰਨ ਲਈਏ, ਸੋਸ਼ਲ ਡਿਸਟੈਂਸਿੰਗ ਕਰ ਲਈਏ, ਅਤੇ ਫਿਰ ਉਹ ਸੀਰੀਅਸ ਕੇਸਿਸ ਘੱਟ ਜਾਣਗੇ। ਜੇ ਆਪਾਂ ਇਹ ਗੱਲ ਨੂੰ ਨਹੀਂ ਇਸਤੇਮਾਲ ਕੀਤਾ ਤਾਂ ਫਿਰ ਥੋੜ੍ਹੇ ਜਿਹੇ ਵਧਣਗੇ ਜ਼ਿਆਦਾ ਕੇਸਿਸ, ਅਤੇ ਫਿਰ ਉਸ ਵੇਲੇ ਪ੍ਰੋਬਲਮ ਇਹ ਹੈ
ਕਿ ਇੱਕ ਤਾਂ ਹੈਲਥ ਕੇਅਰ ਸਿਸਟਮ ਦੇ ਬਰਡਨ ਬਹੁਤ ਜ਼ਿਆਦਾ ਪੈ ਜਾਣਾ ਅਤੇ ਜਿੰਨੇ ਉਹ ਪੇਸ਼ੈਂਟ ਸਾਂਭ ਸਕਦੇ ਆ ਉਹਨੇ ਉਦੋਂ ਵੱਧ ਜੇ ਪੇਸ਼ੈਂਟ ਆਉਣ ਲੱਗ ਪੈਣਗੇ ਤਾਂ ਫਿਰ ਪ੍ਰੋਬਲਮ ਆਏਗੀ ਇਕੁਇਪਮੈਂਟ ਵੱਲੋਂ ਵੀ ਅਤੇ ਮਾਸਕ ਵੱਲੋਂ ਸਾਰੀ ਚੀਜ਼ਾਂ ਵੱਲੋਂ ਅਤੇ ਬਾਕੀ ਪਰਸਨਲ ਦੇ ਤੌਰ ਤੋਂ ਵੀ ਕਿ ਜੇ ਡਾਕਟਰਸ ਨਰਸਿਸ ਅਤੇ ਬਾਕੀ ਜਿਹੜੇ ਮਸ਼ੀਨਸ ਨੂੰ ਸਾਂਭਣ ਵਾਲੇ ਸਾਫ਼ ਕਰਨ ਵਾਲੇ ਜੇ ਉਹ ਬਿਮਾਰ ਹੋਣ ਲੱਗ ਪਏ ਅਤੇ ਫਿਰ ਥੋੜ੍ਹੇ ਜ਼ਿਆਦਾ ਸੀਰੀਅਸ ਹੋ ਜਾਏ। ਅੱਛਾ ਇੱਕ ਲਾਸਟ ਸਵਾਲ ਜਾਂਦੇ ਜਾਂਦੇ ਇੱਕ ਹੋਰ ਜਿਹੜਾ ਕ੍ਰਿਟੀਸਿਜ਼ਮ ਹੋ ਰਿਹਾ ਹੈ ਕਿ ਟੈਸਟਿੰਗ ਅਸੀਂ ਬੜੀ ਲੇਟ ਸ਼ੁਰੂ ਕੀਤੀ ਹੈ ਔਰ ਓਨੀ ਅਗਰੈਸਿਵ ਕੀਤੀ ਨਹੀਂ, ਜੇ ਅਸੀਂ ਟੈਸਟਿੰਗ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੀ ਹੁੰਦੀ ਤਾਂ ਸ਼ਾਇਦ ਬਹੁਤ ਜ਼ਿਆਦਾ ਅਸੀਂ ਬੈਟਰ ਪੋਜੀਸ਼ਨ 'ਚ ਹੁੰਦੇ। ਦੈਟਸ ਕਰੈਕਟ ਕਿ ਜਿਹੇ ਸਾਊਥ ਕੋਰੀਆ ਨੇ ਐਟ ਵਨ ਪੁਆਇੰਟ ਉਹਨਾਂ ਦੀ ਰੋਜ਼ ਦੀ ਪਤਾ ਨਹੀਂ ਲੱਖਾਂ ਦੇ ਹਿਸਾਬ ਨਾਲ ਉਹਨਾਂ ਦੀ ਟੈਸਟਿੰਗ ਹੁੰਦੀ ਸੀਗੀ, ਉਹਨਾਂ ਨੇ ਉਹ ਕਰਕੇ ਅਤੇ ਤਾਂ ਕਰਕੇ ਬਹੁਤ ਛੇਤੀ ਕਾਬੂ ਕਰ ਲਿਆ ਸੀਗਾ ਇਹਦੇ 'ਤੇ ਅਤੇ ਉਸ ਚੀਜ਼ ਦੇ ਸਟੇਜ 'ਤੇ ਹਾਂ ਕੈਨੇਡਾ ਨਹੀਂ ਸੀ ਕਰ ਸਕਿਆ ਕਿਸੇ ਵੀ ਕਾਰਨ ਕਰਕੇ ਅਤੇ ਤਾਂ ਕਰਕੇ ਇਹ ਥੋੜ੍ਹੀ ਜਿਹੀ ਉੱਥੇ ਨਾਲੋਂ ਜ਼ਿਆਦਾ ਫੈਲਦੀ। ਜੀ ਡਾਕਟਰ ਸਾਹਿਬ ਇੱਕ ਟ੍ਰੈਜੈਕਟਰੀ ਹੈ ਜੇ ਦੇਖੀ ਜਾਵੇ ਕਿ ਇਹਦਾ ਇੱਕ ਇੱਕ ਸਟੇਜ ਹੈ, ਸਟੇਜ 1, 2, 3, 4, 5, ਜਿਸ ਤਰ੍ਹਾਂ ਇਹ ਵਾਇਰਸ ਚੱਲਦਾ ਹੈ, ਅਸੀਂ ਕਿਹੜੀ ਸਟੇਜ ਤੇ ਆ ਇਸ ਵੇਲੇ? ਹਾਂ ਇਸ ਵੇਲੇ ਸਟੇਜ 2 ਤੇ ਆ। ਅੱਜ 2 ਤੇ ਹੀ ਆ। ਹਾਂ ਤੇ ਇਸ ਕਰਕੇ ਉਹ ਪਬਲਿਕ ਹੈਲਥ ਵਾਲੇ ਤਾਂ ਕਰਕੇ ਬਾਰ ਬਾਰ ਕਹਿ ਰਹੇ ਲੋਕਾਂ ਨੂੰ ਕਿ ਸਟੇਜ 3 ਤੱਕ ਨਾ ਪਹੁੰਚੇ ਤਾਂ ਚੰਗੀ ਗੱਲ ਹੈ ਕਿਉਂਕਿ ਉਹ ਫਿਰ ਜ਼ਿਆਦਾ ਸੀਰੀਅਸ ਸਟੇਜ ਹੁੰਦਾ। ਤੋ ਇਸ ਸਾਈਕਲ ਨੂੰ ਸਮਝਦੇ ਹੋਇਆ ਅਸੀਂ ਇਹ ਮੰਨੀਏ ਕਿ ਐਂਡ ਆਫ ਅਪ੍ਰੈਲ, ਮਿਡ ਆਫ ਮਈ ਔਰ ਐਂਡ ਆਫ ਮਈ ਤਾਂ ਜਾ ਕੇ ਕਿਤੇ ਅਸੀਂ ਇਸ ਤੋਂ ਮੁਕਤ ਹੋ ਪਾਵਾਂਗੇ ਜੇ ਅਸੀਂ ਹਜੇ ਵੀ ਮੰਨ ਜਾਈਏ ਸਾਰੀਆਂ ਗੱਲਾਂ? ਮੇਰੇ ਖਿਆਲ ਦੇ ਵਿੱਚ ਕਿ ਇੰਨੀ ਛੇਤੀ ਨਹੀਂ ਕਾਬੂ ਹੋਏਗਾ। ਜੇ ਸਾਰੀਆਂ ਗੱਲਾਂ ਮੰਨ ਲਈਆਂ ਤੇ ਜਿਹੜਾ ਵੱਡਾ ਵੇਵ ਹੈ ਉਹ ਤਾਂ ਹੋ ਜਾਏਗਾ ਬੰਦ 2 ਮਹੀਨਿਆਂ ਦੇ ਵਿੱਚ ਵਿੱਚ ਜੀ, ਪਰ ਮੈਨੂੰ ਲੱਗਦਾ ਕਿ ਕਾਫੀ ਮਹੀਨੇ ਆਪਾਂ ਨੂੰ ਇਸ ਚੀਜ਼ ਤੇ ਯੂਜ਼ ਜਿਹੜਾ ਦਾ ਪੀਕ ਹੈ ਡਾਕਟਰ ਸਾਹਿਬ ਅਜੇ ਆਉਣ ਵਾਲਾ, ਹਜੇ ਅਪ੍ਰੈਲ ਮੰਨ ਕੇ ਚੱਲੀਏ ਦਾ ਪੀਕ ਆਏਗਾ ਜਦੋਂ ਸਟੇਜ 3 ਤੇ ਆਵਾਂਗੇ ਪਹੁੰਚਾਂਗੇ। ਪੀਕ ਤੇ ਡਿਪੈਂਡੈਂਟ ਹੈ, ਪੀਕ ਤੇ ਟੋਟਲੀ ਡਿਪੈਂਡੈਂਟ ਹੈ ਕਿ ਸੋਸ਼ਲ ਬਿਹੇਵੀਅਰ ਤੇ ਪਬਲਿਕ ਬਿਹੇਵੀਅਰ ਤੇ। ਠੀਕ ਹੈ, ਉਸ ਬਾਰੇ ਮੈਂ ਕੋਈ ਵੀ ਨਹੀਂ ਪ੍ਰੋਡਿਕਟ ਕਰ ਸਕਦਾ। ਜੇ ਲੋਕ ਮੰਨ ਜਾਣਗੇ ਤੇ ਉਹ ਪੀਕ ਛੇਤੀ ਖਤਮ ਹੋ ਜਾਏਗਾ ਤੇ ਛੋਟਾ ਪੀਕ ਹੋਏਗਾ, ਨਹੀਂ ਜੇ ਉਸ ਚੀਜ਼ ਦੇ ਨਾ ਲਾਗੂ ਕੀਤਾ ਤੇ ਫਿਰ ਪੀਕ ਵੱਡਾ ਆਏਗਾ ਤੇ ਡਿਲੇਟ ਹੋਏਗਾ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਪੋਲੀਟੀਸ਼ੀਅਨ ਨਹੀਂ ਹੋ ਇਸ ਕਰਕੇ ਤੁਹਾਨੂੰ ਅਸੀਂ ਪੋਲੀਟੀਸ਼ੀਅਨਾਂ ਵਾਲੇ ਸਵਾਲ ਨਹੀਂ ਪੁੱਛਣੇ, ਤੁਹਾਡੀ ਜੌਬ ਇੱਕ ਐਜ਼ ਏ ਹੈਲਥ ਪ੍ਰੋਫੈਸ਼ਨਲ ਹੈ, ਉਹ ਤੁਸੀਂ ਆਲਰੇਡੀ ਕਰ ਹੀ ਰਹੇ ਹੋ ਔਰ ਤੁਸੀਂ ਬਖੂਬੀ ਆਪਣੀ ਉਹ ਜ਼ਿੰਮੇਵਾਰੀ ਨਿਭਾ ਰਹੇ ਹੋ। ਤੋ ਮੈਂ ਇੱਕ ਵਾਰੀ ਫਿਰ ਤੋਂ ਜਿੰਨੇ ਵੀ ਸਾਡੇ ਲਿਸਨਰ ਪ੍ਰੋਗਰਾਮ ਸੁਣ ਰਹੇ ਆ ਤੁਹਾਡੇ ਮਾਧਿਅਮ ਰਾਹੀਂ ਹੀ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਇਹਨਾਂ ਨੇ ਅਪੀਲ ਕੀਤੀ ਹੈ, ਮੇਰਾ ਖਿਆਲ ਆ ਕਿ ਬਹੁਤੇ ਲੋਕਾਂ ਦੇ ਅੱਖਾਂ 'ਚ ਹੰਝੂ ਆ ਗਏ ਹੋਣਗੇ ਇਹਨਾਂ ਦੀ ਅਪੀਲ ਉਸ ਵੇਲੇ ਸੁਣ ਕੇ ਕਿ ਕਿਸ ਮਨ ਦੇ ਨਾਲ ਭਰ ਕੇ ਇਹਨਾਂ ਨੇ ਤੁਹਾਨੂੰ ਇੱਕ ਗੱਲ ਵਾਰ ਵਾਰ ਕਹੀ ਹੈ ਕਿ ਤੁਸੀਂ ਘਰਾਂ ਤੋਂ ਬਾਹਰ ਨਾ ਨਿਕਲੋ, ਡਿਸਟੈਂਸ ਬਣਾ ਕੇ ਰੱਖੋ ਔਰ ਬਾਹਰ ਨਾ ਜਾਓ। ਬਹੁਤ ਐਮਰਜੈਂਸੀ ਹੈ ਤਾਂ ਹੀ ਜਾਓ, ਉਹ ਵੀ ਪੂਲ ਕਰ ਲਓ, ਗਰੋਸਰੀ ਖਤਮ ਹੋ ਗਈ, ਕੋਈ ਦਵਾਈ ਕੁਛ ਵੀ ਹੈ ਪੂਲ ਕਰ ਲਓ, ਇੱਕ ਬੰਦਾ ਜਾਏ ਉਹ ਸਾਰਾ ਕੁਛ ਕਰ ਲਏ ਬਾਕੀਆਂ ਵਾਸਤੇ, ਕਿਉਂਕਿ ਬਾਹਰੋਂ ਡਾਕਟਰ ਸਾਹਿਬ ਮੇਰੇ ਖਿਆਲ ਉਹ ਵੀ ਘਰਾਂ ਦੇ ਅੰਦਰ ਜਾਣ ਦੀ ਲੋੜ ਨਹੀਂ, ਬਾਹਰੋਂ ਹੀ ਸਮਾਨ ਫੜਾ ਦਿਓ, ਕਮ ਸੇ ਕਮ ਉਹ ਵੀ ਡਿਸਟੈਂਸ ਨੂੰ ਮੇਨਟੇਨ ਕਰੋ। ਬਿਲਕੁਲ, ਮੈਂ ਵੀ ਇਹੀ ਗੱਲ ਆਖੀ ਸੀ ਵੀਡੀਓ ਦੇ ਵਿੱਚ, ਇੰਗਲਿਸ਼ ਵਾਲੀ ਦੇ ਵਿੱਚ, ਕਿ ਤੁਸੀਂ ਕੂਲਿੰਗ ਕਰ ਲਓ, ਸ਼ੇਅਰ ਕਰ ਲਓ ਆਪਣੇ ਟਾਸਕ ਜਿਹੜੇ ਬਾਹਰ ਅੰਦਰ ਜਾਣ ਵਾਲੇ, ਤੇ ਜਦੋਂ ਵੀ ਤੁਸੀਂ ਉਸ ਦੀ ਗਰੋਸਰੀ ਨੂੰ ਲਿਆਉਣਾ ਤੇ ਬਾਹਰ ਛੱਡ ਜਾਓ, ਇੱਕ ਦੂਜੇ ਨੂੰ ਫਿਰ ਵੀ ਸੋਸ਼ਲ ਡਿਸਟੈਂਸ ਰੱਖਣੀ ਜ਼ਰੂਰੀ ਹੈ ਜੀ। ਇੱਕ ਲਾਸਟ ਜਾਂਦੇ ਨੇ, ਫਿਰ ਮੇਰੇ ਮਨ 'ਚ ਸਵਾਲ ਬੜਾ ਇੰਪੋਰਟੈਂਟ ਆ ਗਿਆ, ਲੋਕ ਪੈਨਿਕ ਹੋ ਰਹੇ ਆ, ਕੋਈ ਖਾਂਸੀ ਹੋ ਜਾਂਦੀ ਹੈ, ਜਰਾ ਗਲਾ ਪੱਕ ਜਾਏ, ਜਰਾ ਬੁਖਾਰ ਹੋ ਜਾਏ ਛੋਟਾ ਮੋਟਾ ਵੀ, ਤੇ ਪੈਨਿਕ ਹੋ ਜਾਂਦੇ ਲੋਕ, ਹੋਣਾ ਵੀ ਲਾਜ਼ਮੀ ਹੈ ਕਿਉਂਕਿ ਡਰ ਹਰ ਆਦਮੀ ਦੇ ਅੰਦਰ ਹੈ। ਐਜ਼ ਅ ਪ੍ਰੋਫੈਸ਼ਨਲ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਉਹਨਾਂ ਲਈ ਉਸ ਵੇਲੇ ਕੀ ਕਰਨਾ ਚਾਹੀਦਾ? ਪੈਨਿਕ ਹੋਣ ਦੀ ਲੋੜ ਨਹੀਂ ਹੈਗੀ, ਸਿਰਫ ਇਹ ਕਿ ਠੰਡੇ ਦਿਮਾਗ ਨਾਲ ਸੋਚੋ ਇਸ ਬਿਮਾਰੀ ਦੇ ਵਿੱਚ। ਹਾਂ ਤੁਹਾਡੇ ਬੁਖਾਰ ਹੋਣਾ, ਸਿਰ ਦਰਦ ਹੋਣਾ, ਗਲਾ ਦੁਖਣਾ, ਠੰਗ ਹੋਣੀ ਹੈ, ਜੇ ਤਾਂ ਸਿਰਫ ਇਹੀ ਹੈ ਤੇ ਫਿਰ ਤੁਹਾਨੂੰ ਮਤਲਬ ਟੈਸਟ ਕਰਾ ਸਕਦੇ ਹੋ ਆਪਣੀ ਨੌਲੇਜ ਵਾਸਤੇ, ਪਰ ਉਹਦਾ ਇਲਾਜ ਕੋਈ ਨਹੀਂ ਹੋਣਾ। ਉਹਨਾਂ ਨੇ ਇਹੀ ਕਹਿਣਾ ਕਿ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰੋ ਤੇ ਘਰ ਜਾ ਕੇ ਇੱਕ ਦੂਜੇ ਤੋਂ ਦੂਜੇ ਦੂਰ ਰਹੋ ਤੇ ਆਪਣੇ ਆਪ ਟਾਇਲ ਨਾਲ ਲਓ ਬੁਖਾਰ ਵਾਸਤੇ, ਦੈਟਸ ਇਟ। ਕਿਉਂਕਿ ਇਹ ਬਿਮਾਰੀ ਆਲਮੋਸਟ ਐਵਰੀਵਨ ਦੇ ਵਿੱਚ ਆਪਣੇ ਆਪ ਹੋ ਕੇ ਤੇ ਬਾਡੀ ਨੇ ਆਪਣੇ ਆਪ ਫਾਈਟ ਕਰਕੇ ਇਹਨੂੰ ਖਤਮ ਕਰ ਦੇਣਾ। ਜਾਣ ਦੀ ਉਦੋਂ ਲੋੜ ਹੈ ਕਿ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਮੈਨੂੰ ਸਾਹ ਦੀ ਤਕਲੀਫ ਹੈ, ਕਿਉਂਕਿ ਇਹ ਬਿਮਾਰੀ ਦਾ ਨਤੀਜਾ ਹੁੰਦਾ ਨਮੋਨੀਆ, ਤੇ ਉਹ ਨਮੋਨੀਆ ਜਦੋਂ ਹੋਣ ਲੱਗ ਪੈਂਦਾ, ਸਾਹ ਦੀ ਤਕਲੀਫ ਹੋਣ ਲੱਗ ਪੈਂਦੀ ਹੈ, ਉਸ ਵੇਲੇ ਤੁਹਾਨੂੰ ਚੈੱਕ ਕਰਾ ਲੈਣਾ ਚਾਹੀਦਾ ਕਿ ਜੇ ਤੁਹਾਡਾ ਆਕਸੀਜਨ ਲੈਵਲ ਠੀਕ ਹੈ, ਉਹਨਾਂ ਨੇ ਫਿਰ ਵੀ ਤੁਹਾਨੂੰ ਘਰ ਭੇਜ ਦੇਣਾ,
ਤੇ ਫਿਰ ਜੇ ਆਕਸੀਜਨ ਲੈਵਲ ਤੁਹਾਡਾ ਲੋ ਹੋਇਆ ਫਿਰ ਉਹਨਾਂ ਨੇ ਤੁਹਾਨੂੰ ਦਾਖਲ ਕਰ ਲੈਣਾ ਆਕਸੀਜਨ ਵਾਸਤੇ, ਕਿਉਂਕਿ ਬਹੁਤ ਇਲਾਜ ਤਾਂ ਇਹਦਾ ਬਹੁਤ ਹੋਰ ਹੈ ਹੀ ਨਹੀਂ, ਸਿਰਫ ਸਪੋਰਟਿਵ ਟ੍ਰੀਟਮੈਂਟ ਆਪਾਂ ਸਪੋਰਟ ਕਰ ਸਕਦੇ ਹਾਂ ਇਸ ਚੀਜ਼ ਨੂੰ ਆਕਸੀਜਨ ਦੇ ਕੇ ਆਈ ਵੀ ਲਾ ਕੇ, ਪਰ ਉਦੋਂ ਹੀ ਦਿਖਾਉਣ ਦੀ ਲੋੜ ਹੈ, ਮਤਲਬ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਮੇਰਾ ਸਾਹ ਦੀ ਤਕਲੀਫ ਮੈਨੂੰ ਜ਼ਿਆਦਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਬੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਕਿ ਵੈਕਸੀਨ ਬਣ ਗਿਆ ਇਹਦਾ, ਦਵਾਈ ਇਹਦੀ ਮਿਲ ਗਈ ਹੈ, ਹੁਣ ਕੋਈ ਚਿੰਤਾ ਦੀ ਲੋੜ ਨਹੀਂ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹਜੇ ਤੱਕ ਕੋਈ ਵੀ ਇੱਦਾਂ ਦੀ ਗੱਲ ਨੂੰ ਅਪਰੂਵ ਨਹੀਂ ਕੀਤਾ। ਹਾਂ ਬਿਲਕੁਲ, ਕਿਉਂਕਿ ਨਾ ਇਹਦੀ ਵੈਕਸੀਨ ਨੂੰ ਆਪਾਂ ਲੱਗਦਾ ਹੀ ਹੈ ਕਿ ਛੇਤੀ ਹੋ ਜਾਏਗੀ, ਛੇਤੀ ਛੇਤੀ ਵੀ 12 ਮਹੀਨੇ ਹੈ, 12 ਮਹੀਨੇ ਵੀ ਬਹੁਤ ਛੇਤੀ ਹੁੰਦਾ ਇਸ ਚੀਜ਼ ਵਾਸਤੇ, ਕਿਉਂਕਿ ਉਹਨਾਂ ਨੇ ਪਹਿਲਾਂ ਲੈਬ ਦੇ ਵਿੱਚ ਟੈਸਟ ਕਰਨਾ, ਫਿਰ ਉਹਨਾਂ ਨੇ ਚੂਹਿਆਂ 'ਤੇ ਟੈਸਟ ਕਰਨਾ, ਫਿਰ ਉਹਨਾਂ ਨੇ ਹੋਰ ਦੂਜੇ ਐਨੀਮਲਸ 'ਤੇ ਟੈਸਟ ਕਰਨਾ, ਫਿਰ ਉਹਨੇ ਹਿਊਮਨਸ 'ਤੇ ਟੈਸਟ ਕਰਨਾ, ਫਿਰ ਉਹਨੂੰ ਜੇ ਲੱਭ ਵੀ ਜਾਵੇ ਨਾ ਤੁਹਾਨੂੰ ਵੈਕਸੀਨ, ਉਹਨੂੰ ਬਣਾਉਣ ਲੱਖਾਂ ਦੇ ਹਿਸਾਬ ਨਾਲ ਬਣਾਉਣ ਵਾਸਤੇ ਵੀ ਉਹਨੂੰ 3 ਮਹੀਨੇ ਲੱਗ ਜਾਂਦੇ ਆ। ਸੋ ਇਹ ਤਾਂ ਕਰਕੇ ਬੜਾ ਲੰਮਾ ਪ੍ਰੋਸੈਸ ਹੈ ਵੈਕਸੀਨ ਬਣਾਉਣ ਦਾ, ਤੇ ਉਹ ਹਲੇ ਟਾਈਮ ਲੱਗੇਗਾ। ਜਿਹੜਾ ਇਹ ਕਿਹਾ ਜਾ ਰਿਹਾ ਕਿ ਮੁਸੀਬਤ ਆਪਾਂ ਨੂੰ ਹੋਣਾ ਬਿਲਕੁਲ, ਤੇ ਹੋਣ ਦੀ ਲੋੜ ਹੈ ਆਪਾਂ ਨੂੰ, ਜਿਹੜੀ ਚੀਜ਼ ਆਪਾਂ ਕਰ ਸਕਦੇ ਹਾਂ, ਜਿਹੜੇ ਆਪਣੇ ਹੱਥ ਦੇ ਵਿੱਚ ਹੈਗੀ, ਆਪਣੇ ਵੱਸ 'ਚ ਗੱਲ ਹੈਗੀ, ਉਹ ਆਪਾਂ ਕਰੀਏ। ਜਿਹੜੇ ਆਪਾਂ ਨਹੀਂ ਵੱਸ 'ਚ ਗਏ, ਉਹ ਤਾਂ ਕੋਈ ਨਾ 12 ਮਹੀਨੇ ਬਾਅਦ ਜਾ ਕੇ ਵੈਕਸੀਨ ਲਵਾ ਲਾਂਗੇ ਜੀ। ਅੱਛਾ, ਇਹ ਕਿਹਾ ਜਾ ਰਿਹਾ ਕਿ ਐਂਟੀ ਮਲੇਰੀਅਲ ਡਰੱਗਸ ਜਿਹੜੀਆਂ ਹੈ ਉਹ ਇਫੈਕਟਿਵ ਹੋ ਰਹੀਆਂ ਹੈ, ਕੁਨੀਨ ਵਗੈਰਾ ਜਿਹੜੀਆਂ। ਹਾਂ, ਇਟ ਇਜ਼ ਅ ਪੋਸਿਬਿਲਿਟੀ, ਹੋ ਸਕਦਾ ਕਿ ਉਹ ਇਫੈਕਟਿਵ ਹੋਵੇ, ਪਰ ਉਹ ਇਫੈਕਟਿਵ ਹੈ ਜਾਂ ਨਹੀਂ ਹੈ ਉਹ ਆਪਾਂ ਨੂੰ ਹਜੇ ਤੱਕ ਨਹੀਂ ਪਤਾ ਹੈਗਾ, ਕਿਉਂਕਿ ਉਹਦੇ ਟੈਸਟਿੰਗ ਨਹੀਂ ਹੋਈ ਹੈਗੀ। ਉਹ ਤਾਂ ਸਿਰਫ ਆਪਣੇ ਵੱਲੋਂ ਇਸ ਵੇਲੇ ਟਰਾਈ ਕਰ ਰਹੇ ਹੈ ਕਿ ਆਹ ਵੀ ਟਰਾਈ ਕਰਕੇ ਦੇਖ ਲਈਏ, ਆਹ ਵੀ ਟਰਾਈ ਕਰਕੇ ਦੇਖ ਲਈਏ, ਤੇ ਹੋ ਸਕਦਾ 10-12 ਟਰਾਈ ਕਰਾਂਗੇ ਤੇ ਉਹਦੇ ਵਿੱਚ ਇੱਕ ਅੱਧੀ ਸਹੀ ਹੋਵੇ। ਉਹ ਟਰਾਇਲ ਚੱਲ ਰਹੇ ਆ, ਪਰ ਹਲੇ ਕਹਿ ਨਹੀਂ ਸਕਦੇ ਕਿ ਉਹ ਇਫੈਕਟਿਵ ਹੈ ਜਾਂ ਨਹੀਂ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਸੋ ਮੱਚ। ਜਿਹੜੇ ਵੱਡੇ ਵੱਡੇ ਡਾਕਟਰ, ਸਾਇੰਸਦਾਨ, ਰਿਸਰਚਰਸ ਆਪਣਾ ਕੰਮ ਕਰ ਰਹੇ ਆ, ਉਹ ਦੁਨੀਆ ਭਰ 'ਚ ਉਹਨਾਂ ਨੂੰ ਫਿਕਰ ਹੈ, ਉਹ ਆਪਣਾ ਕੰਮ ਕਰ ਰਹੇ, ਉਹਨੂੰ ਆਪਣਾ ਕੰਮ ਕਰਨ ਦਈਏ। ਐਜ਼ ਹਿਊਮਨ ਬੀਇੰਗ, ਐਜ਼ ਅ ਕਾਮਨ ਮੈਨ, ਮੇਰੇ ਖਿਆਲ ਆਪਣਾ ਤਾਂ ਇੱਕੋ ਇੱਕ ਫਰਜ਼ ਹੈ ਕਿ ਅਸੀਂ ਹੈਲਥ ਪ੍ਰੋਫੈਸ਼ਨਲ ਦੀਆਂ ਗੱਲਾਂ ਨੂੰ ਮੰਨੀਏ, ਤੇ ਕੋਈ ਔਖੀਆਂ ਗੱਲਾਂ ਵੀ ਨਹੀਂ। ਸਿਰਫ ਕੀ ਹੈ ਕਿ ਆਪਣੇ ਆਪ ਨੂੰ ਆਈਸੋਲੇਟ ਰੱਖੋ, ਚਾਹੇ ਤੁਹਾਨੂੰ ਬਿਮਾਰੀ ਹੈ ਚਾਹੇ ਨਹੀਂ ਹੈ, ਡਿਸਟੈਂਸ ਰੱਖ ਕੇ ਚੱਲੋ, ਹੱਥ ਧੋਵੋ, ਮਾਸਕ ਪਾ ਕੇ ਜਾਓ ਤਾਂ ਬੈਟਰ ਹੈ, ਔਰ ਜਿੰਨਾ ਹੋ ਸਕਦਾ ਟੱਚਿੰਗ ਨੂੰ ਅਵਾਇਡ ਕਰੋ, ਕਲੋਜ਼ ਇੱਕ ਦੂਜੇ ਦੇ ਨਾਲ ਜਿਹੜੇ ਸੰਪਰਕ 'ਚ ਨਾ ਆਵੋ। ਇਹ ਬਹੁਤ ਹੀ ਜ਼ਿਆਦਾ ਸਧਾਰਨ ਗੱਲਾਂ, ਮੇਰੇ ਖਿਆਲ ਇਹੀ ਕਰ ਲਈਏ, ਇਹਨਾਂ ਡਾਕਟਰਸ ਨੂੰ, ਇਹਨਾਂ ਪ੍ਰੋਫੈਸ਼ਨਲਸ ਨੂੰ ਆਪਣਾ ਕੰਮ ਕਰਨ ਦਈਏ। ਕਈ ਲੋਕ ਵਾਦ ਵਿਵਾਦ 'ਚ ਪਏ ਹੋਏ ਆ, ਦੇਹ ਤਰੇ ਦੀ ਮੈਸੇਜ ਦੇ ਮੈਸੇਜ ਪਾਈ ਜਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ, ਜਿਵੇਂ ਉਹਨਾਂ ਨੂੰ ਸਾਰਾ ਕੁਝ ਪਤਾ ਹੋਵੇ। ਪਲੀਜ਼ ਤੁਸੀਂ ਇਸ ਤਰ੍ਹਾਂ ਦੇ, ਉਹ ਕਹਿੰਦੇ ਨਾ ਜੀ ਨੀਮ ਹਕੀਮ ਔਰ ਖਤਰਾ ਜਾਣ, ਇਹੋ ਜਿਹੀ ਗੱਲ ਨਾ ਕਰੋ, ਔਰ ਲੋਕਾਂ ਨੂੰ ਵੀ ਗੁੰਮਰਾਹ ਨਾ ਕਰੋ, ਔਰ ਐਸੇ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਗੱਲ ਨੂੰ ਸੁਣਨ ਦੀ ਕੋਸ਼ਿਸ਼ ਕਰੋ, ਇਹ ਮੇਰੀ ਰਿਕੁਐਸਟ ਹੈ। ਡਾਕਟਰ ਸਾਹਿਬ, ਅਸੀਂ ਤੁਹਾਡੀ ਹੈਲਥ ਵਾਸਤੇ, ਤੁਹਾਡੇ ਪਰਿਵਾਰ ਦੀ ਹੈਲਥ ਵਾਸਤੇ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ, ਔਰ ਤੁਸੀਂ ਇਸ ਤਰ੍ਹਾਂ ਸੇਵਾ ਕਰਦੇ ਰਹੋ, ਔਰ ਮੇਰਾ ਖਿਆਲ ਹੈ ਕਿ ਵੀ ਆਰ ਇਨ ਸੇਫ ਹੈਂਡ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਵੈਬ ਕਾਫੀ ਹੱਦ ਤੱਕ ਇਕਵਿਪਡ ਹਾਂ, ਸਾਡਾ ਕੰਟਰੀ, ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ, ਔਰ ਜੇ ਡਾਕਟਰ ਸਾਹਿਬ ਲੋੜ ਪਈ ਆਉਣ ਵਾਲੇ ਸਮੇਂ ਦੇ ਵਿੱਚ ਬੈਡਸ ਘਟਦੇ ਹੋਏ, ਦੇਰ ਆਰ ਸੋ ਮੈਨੀ ਅਦਰ ਪਲੰਟੀ ਆਫ ਪਲੇਸਿਸ ਅਵੇਲੇਬਲ ਵੇਅਰ ਵੀ ਕੈਨ, ਸ਼ਾਰਟ ਟਰਮ ਲਈ ਕੋਈ ਨਾ ਕੋਈ ਇੰਤਜ਼ਾਮ ਹੋ ਜਾਏਗਾ। ਹਾਂਜੀ, ਪਬਲਿਕ ਹੈਲਥ ਵਾਲਿਆਂ ਨੂੰ ਪਲਾਨ ਏ, ਪਲਾਨ ਬੀ, ਪਲਾਨ ਸੀ, ਸਭ ਕੁਛ ਹੁੰਦੇ ਉਹਨਾਂ ਕੋਲ, ਤੇ ਉਹ ਸਾਰੇ ਪੈਂਡੈਮਿਕ ਪਲਾਨ ਕਈ ਸਾਲ ਪਹਿਲਾਂ ਕੀਤੇ ਹੁੰਦੇ ਇਹਨਾਂ ਨੂੰ, ਉਹਨੂੰ ਸਭ ਤਿਆਰੀਆਂ ਕੀਤੀਆਂ ਹੁੰਦੀਆਂ ਕਿ ਜੇ ਹੋਸਪਿਟਲ ਦੇ ਵਿੱਚੋਂ ਵੱਧ ਗਿਆ ਤੇ ਆਪਾਂ ਇੱਥੇ ਕਰਾਂਗੇ, ਜੇ ਉੱਥੇ ਵੀ ਵੱਧ ਗਿਆ ਆਪਾਂ ਇਹੋ ਜਿਹੀ ਥਾਂ ਵਰਤ ਸਕਦੇ ਹਾਂ, ਤੇ ਸਾਰੇ ਉਹਨਾਂ ਕੋਲ ਪਲਾਨ ਹੈਗੇ ਆ। ਰੱਬ ਕਰੇ ਲੋੜ ਨਾ ਪਵੇ ਉਹਨਾਂ ਚੀਜ਼ ਦੀ, ਤੇ ਪਰ ਪਲਾਨ ਇਹਨਾਂ ਕੋਲ ਸਾਰੇ ਹੈਗੇ ਆ। Final appeal to everybody, just listen, please stay home. Thank you so much, Dr. Saab. Aur please, tusi vich vich koi idan di kuch na kuch gal zarur share karde reha karo, kyunki tuhadi jehdi video badi effective hoi hai, aur tuhade valon kahi gayi gal jehdi hai zyada maayne rakhdi hai, mainu mera manna hai. So koi hor vyakti appeal kare, oh ohni effective nahi hundi. Tusi kaam kar rahe ho, tusi akhi dekh rahe ho, tuhada first hand experience lokan layi zyada ਫਾਇਦੇਮੰਦ ਹੈ, ਤਾਂ ਪਲੀਜ਼ ਕੀਪ ਸ਼ੇਅਰਿੰਗ ਯੋਰ ਵਿਊਜ਼ ਵਿਦ ਅਸ ਔਨ ਰੈਗੂਲਰ ਬੇਸਿਸ।